Yeah.
ਸੁਣਾਉਣੀ ਦੀਦੀ ਮੈਨੂੰ ਸਭ ਪਤਾ ਜੁਗਰੋ ਮੈਂ ਸ਼ਰਾਬੀ ਮੈਂ ਤੇਰੀ ਬੋਤਲ ਪਹਿਲੇ ਦੇਖ ਲਈ ਸੀਗੀ ਮੈਂ ਤਾਂ ਤੈਨੂੰ ਬੰਦੇ ਦੀ ਧੀ ਬਣਾਉਣਾ ਸੀ ਮੈਨੂੰ ਸਾੜੀਏ ਪਿੰਡ ਦੇ ਵਿੱਚ ਕੋਈ ਘਰ ਨਹੀਂ ਛੱਡਿਆ ਜਿਹੜਾ ਨਾ ਪੱਟਿਆ ਹੋਵੇ ਆ ਤੇਰਾ ਆਪਣਾ ਘਰ ਵਾਲਾ ਵਿਚਾਰਾ ਰਾਜਾ ਨਾਲ ਦਿਹਾੜੀ ਲੈ ਕੇ 350 ਰੁਪਇਆ ਕਮਾਉਂਦਾ ਸਾਢੇ 350 ਤੇਰੇ ਹੱਥ ਲਾ ਦਿੰਦਾ ਤੂੰ ਆਈ ਕੀ ਗੱਲ ਬਣੀ ਹੈ ਮੈਂ ਕਿਹਾ ਤੂੰ ਸੱਚ ਆਖਦਾ ਜੁਗਨਾ ਇਹ ਤੇ ਗੱਲ ਸਹੀ ਹੈ ਮੈਂ ਤੇ ਐਵੇਂ ਲੋਕਾਂ ਦੇ ਘਰ ਬਰਬਾਦ ਕਰਦੀ ਫਿਰਦੀ ਆਪਣਾ ਘਰ ਥਾਂ ਮੁੱਕ ਗਿਆ ਮੈਂ ਕਿ ਮੈਂ ਸਾਰਿਆਂ ਦਾ ਸਮਾਨ ਵਾਪਸ ਕਰ ਦੂੰਗੀ ਨਾਲੇ ਸਾਰੇ ਪਿੰਡ ਵਾਲਿਆਂ ਤੋਂ ਗਲਤੀ ਮੰਨਦੀ ਆ ਮੈਂ ਕਿਹਾ ਉਸ ਤੋਂ ਬਾਅਦ ਮੈਂ ਕਿਸੇ ਦਾ ਘਰ ਨਹੀਂ ਪੱਟਦੀ ਨਾਲੇ ਤੂੰ ਮੈਨੂੰ ਫੋਨ ਨਾ ਕਰੀ ਹਾਂ ਸਿੱਧੀ ਵੀਡੀਓ ਕਾਲ ਮੈਂ ਦੇਖਿਆ ਕਰਨਾ ਦੁਬਾਰਾ ਤਾਂ ਕਿਸੇ ਦਾ ਘਰ ਪੜਦੀ ਠੀਕ ਆ ਇੱਕ ਵਾਰ ਤੂੰ ਛੱਡ ਮੰਗਣੀ ਮੈਂ ਉੱਤੇ ਸਮਝਾਉਂਦਾ ਹਾਂ ਨਾ ਨਾ ਮੇਰੇ ਘਰ ਵਾਲੇ ਕੋਲ ਮੈਂ ਨਹੀਂ ਚੱਲ ਚੱਲ ਆਪਣੇ ਘਰ ਨੂੰ ਸਭ ਸੁਣਦੀਆਂ ਨੇ ਸਭ ਸੁਣਦੀਆਂ ਤੇਰੀਆਂ ਚਲਾਕੀਆਂ ਸਾਰੀਆਂ ਜਾਣਦੀਆਂ ਤੂੰ ਜਾਣਦੀ ਹੈ ਫੇਰ ਵੀ ਭੁੱਕੀ ਜਾਂਦੀ ਹੈ ਤੈਨੂੰ ਪਤਾ ਹੀ ਹੈ ਕੁੱਤੇ ਦੀ ਪੂਛ ਲੱਗੀ ਹੋਣ ਵਾਲੀ ਹੈ ਨਾ ਮੈਨੂੰ ਹਜੇ ਸ਼ੱਕ ਜਿਹਾ ਆ ਡਾਟ ਜਿਹਾ ਮੇਰੀ ਮੈਂ ਤੇ ਮੇਰੀ ਬਲੂਨ ਨਹੀਂ ਮਿਲਦਾ ਦੇ ਮੈਂ ਤੁਹਾਨੂੰ ਸਮਝਾਉਣਾ ਸੀ ਲੋਕਾਂ ਨੂੰ ਵੀ ਸਮਝਾ ਦਈਏ ਹਾਂਜੀ ਭਾਈ ਤੁਸੀਂ ਵੀ ਨਾ ਪੀਓ ਇਹ ਨਸ਼ੇ ਨੂੰ ਜੇ ਸਾਰਾ ਕੁਝ ਨਹੀਂ ਰਹਿ ਠੀਕ ਹੈ ਇਹ ਨਸ਼ੇ ਆ ਬੰਦਾ ਕਹਿੰਦਾ ਮੈਂ 4 ਬੋਤਲਾਂ ਪੀ ਲਈਆਂ ਮੈਂ 5 ਪੀ ਲਈਆਂ ਇਹ ਨਹੀਂ ਮੁੱਕਦੀ ਇਹਨੂੰ ਮੁਕਾਉਂਦੇ ਮੁਕਾਉਂਦੇ ਲੋਕ ਮੁੱਕ ਗਏ ਮੈਂ ਕਦੋਂ ਬੈਠ ਹੋਇਆ ਤੂੰ ਮੈਨੂੰ ਮਮਾ ਸੰਨੀ ਕਲਾਸ ਲੈ ਜਾ ਆ ਦੇਖ ਲੈ ਤੇਰੇ ਵਾਲ ਵੀ ਨਹੀਂ ਰਹੇ ਸਿਰ ਤੇ ਆਪਣੇ ਆਪ ਨੂੰ ਸੁਭਾਗ ਬਣਿਆ ਤੂੰ ਆ ਸਾਰਾ ਤੇਰਾ ਭੁਜੀਆ ਉੱਪਰ ਤੂੰ ਹੀ ਆ ਗਿਆ ਜਿੰਨੀ ਸ਼ਰਾਬ ਪੀਂਦਾ ਸਾਰਾ ਉਲਮੂੜ ਮੂੜ ਇੱਥੇ ਹੀ ਆ ਗਿਆ ਤੂੰ ਆ ਚੂਹੇ ਦੀ ਪੂਛ ਹੀ ਜਿੰਨੇ ਬਚੇ ਤੇਰੇ ਵਾਲ ਤੇ ਉਹ ਵੀ ਐਂ ਬਾਹਰ ਕੇ ਲੈਂਦਾ ਸਿਰ ਜਿਹਦਾ ਬੰਨੇ ਦੇ ਉੱਤੋਂ ਨਾ ਮੈਨਾ ਨਹੀਂ ਡਿੱਗਿਆ ਹੁੰਦਾ ਭਾਈ ਕਿਸੇ ਨੇ ਸ਼ਰਾਬ ਨਹੀਂ ਪੀਣੀ ਮਾਂ ਪੇ ਦਾ ਸਾਥ ਦਿਓ ਠੀਕ ਹੈ ਆਪਣੇ ਮਾਂ ਪੇ ਦੀ ਇੱਜ਼ਤ ਕਰੋ ਤੁਹਾਡੇ ਮਾਂ ਬਾਪ ਤੁਹਾਨੂੰ ਇੰਨੇ ਇੰਨੇ ਨੂੰ ਨਿੱਕੇ ਨਿੱਕੇ ਨੂੰ ਇੱਥੇ ਤੱਕ ਕਰਕੇ ਪਾਲਦੇ ਜਦੋਂ ਵੱਡੇ ਹੁੰਦੇ ਆ ਤੁਸੀਂ ਵਿਆਹ ਕਰਾ ਕੇ ਹੋਰੇ ਮਾਂ ਨਾਲ ਗੱਲਾਂ ਕਰਦੇ ਜਿਹੜੀ ਮਾਂ ਹੈ ਉਹਨੂੰ ਪੁੱਛਦੇ ਠੀਕ ਹੈ ਉਹਨੇ ਵੀ ਪੁੱਛਣਾ ਚਾਹੀਦਾ ਠੀਕ ਹੈ ਭਗਵਾਨ ਜੀ ਆਹ ਬੜਾ ਸ਼ਰਾਬ ਅੱਜ ਤੋਂ ਬਾਅਦ ਮੈਂ ਨਹੀਂ ਪੀਣੀ ਨਾ ਇਹ ਡੋਲਣੀ ਹੈ ਪਤਾ ਜੇ ਮੈਂ ਥੱਲੇ ਡੋਲਦੀ ਨੁਕਸਾਨ ਕਿਉਂਕਿ ਧਰਤੀ ਦੇ ਉੱਤੇ ਕੀੜੇ ਮਕੌੜੇ ਫਿਰਦੇ ਉਹ ਸ਼ਰਾਬ ਪੀਊਗੇ ਸ਼ਰਾਬ ਦੇ ਆਦੀ ਹੁੰਦੇ ਉਹਨਾਂ ਦੀਆਂ ਮਾਵਾਂ ਮੈਨੂੰ ਸ਼ਰਾਬ ਬੋਲਦੀਆਂ ਇਸ ਕਰਕੇ ਮੈਨੂੰ ਫੜਾ ਦੇ ਅੱਜ ਨਹੀਂ ਪੀਣੀ ਬਸ ਇੱਕੋ ਦਿਨ ਪੀਣੀ ਆ ਹੁਣ ਕਿ ਨਹੀਂ ਪੀਣੀ ਤੇਰੀ ਸੌਂ ਲੱਗੇ ਜੇ ਮੈਂ ਝੂਠ ਬੋਲਾਂ ਤੂੰ ਮਰ ਜਾਵੇਂ ਮੈਂ ਤੇਰੀ ਭੈਣ ਦੀ ਚੁੰਨੀ ਪਾਵਾਂ ਨਿਆਣੇ ਨਹੀਂ ਸਾਂਭ ਰਹੀ ਅਸੀਂ ਉੱਪਰ ਦੇਖਣ ਵਾਲੇ ਬੰਦੇ ਅਸੀਂ ਥੱਲੇ ਨਹੀਂ ਦੇਖੀ ਦੇਖੋ ਜੀ ਇੱਕ ਵਾਰੀ ਜ਼ੋਰ ਦੇਣੀ ਤਾੜੀ ਮਾਰਦੇ ਕਮੇਟੀ ਦੇ ਬਹੁਤ ਸਾਰਾ ਪਿਆਰ ਬਹੁਤ ਸਾਰਾ ਸਤਿਕਾਰ ਹੈ ਸਾਰੇ ਵੀਰਾਂ ਦੇ ਵੱਲੋਂ ਖੁਸ਼ ਹੋ ਗਈ ਇਸ ਕਮੇਟੀ ਤੋਂ ਬਖਸ਼ਿਆ ਗਿਆ ਸਾਰੇ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹੀ ਸੋ ਏਸੀ ਪੰਜਾਬ ਦਾ ਡੋਕਰਾ ਕਮੇਟੀ ਸੋ ਹੁਣ ਤੁਹਾਡੇ ਇੰਤਜ਼ਾਰ ਦੀਆਂ ਘੜੀਆਂ ਨੂੰ ਕਰਦੀਆਂ ਖਤਮ ਬਿਲਕੁਲ ਅਜ਼ਾ ਨਾਟਕ ਤੁਹਾਡੇ ਰੂਪ ਨੂੰ ਕਰਾਉਣੀ ਪਰ ਉਸ ਤੋਂ ਪਹਿਲਾਂ ਇੱਕ ਚਿਤਰਾ ਦੀ ਆਈਟਮ ਉਸ ਤੋਂ ਬਾਅਦ ਅਜ਼ਾ ਨਾਟਕ ਤੁਹਾਡੇ ਰੂਪ ਨੂੰ ਕਰਾਵਾਂਗੇ ਸੋ ਬੜੀ ਪਿਆਰ ਬੜੇ ਸਤਿਕਾਰ ਦੇ ਨਾਲ ਆਪਾਂ ਸਾਰੇ ਨੇ ਅਜ਼ਾ ਨਾਟਕ ਦਾ ਇਹ ਨੰਦ ਮਾਣਨਾ ਬੜੇ ਪਿਆਰ ਦੇ ਨਾਲ ਬੈਠਣਾ ਹੈ ਸੋ ਆਓ ਜੀ ਅਗਲੀ ਚਿਤਰਾ ਦੀ ਖੂਬਸੂਰਤ ਆਈਟਮ ਦੇ ਨਾਲ ਮੈਡਮ ਜੰਨਤ ਨੇ ਫਰੋਮ ਜੰਮੂ ਸ਼ਹਿਰ
ਕਿੱਥੇ ਮਰ ਗਿਆ ਸ਼ਿਕਾਰ ਮੈਂ ਮਾਰਨਾ ਬਸ ਤੂੰ ਘੇਰ ਕੇ ਲਿਆ ਸ਼ਿਕਾਰ ਮੇਰੇ ਕੋਲ ਤੂੰ ਸ਼ਿਕਾਰ ਘੇਰ ਕੇ ਮੇਰੇ ਕੋਲ ਕਿਹੜਾ ਮਾਰਨਾ ਨਹੀਂ ਹੈ ਮੈਨੂੰ ਇੱਕ ਦੋ ਵਾਰੀ ਤਾਂ ਸ਼ਿਕਾਰ ਨਾਲ ਚੋਲ ਮੋਲ ਕਰਨ ਦਿਆ ਕਰੋ ਚੋਲ ਮੋਲ ਜਿੰਨੇ ਮਰਜ਼ੀ ਕਰ ਲਾ ਮਾਰ ਲਾ ਸਾਨੂੰ ਪਤਾ ਹੀ ਆ ਜੀ ਸਾਡੇ ਹਿੱਸੇ ਤਾਂ ਆਉਂਦਾ ਹੀ ਇਕੱਠੇ ਨੂੰ ਸਾਰੇ ਸ਼ਿਕਾਰ ਤੁਸੀਂ ਮਾਰਦੇ ਅਸੀਂ ਤਾਂ ਘੇਰਨ ਦਾ ਘਰੋਣਾ ਨਹੀਂ ਅੱਜ ਮੈਂ ਤੀਰ ਆਪਣਾ ਧਾਰ ਲੈ ਕੇ ਆਇਆ ਤਾਂ ਮੈਂ ਮਾੜਾ ਮੋਟਾ ਤਾਂ ਮਾਰੂੰਗਾ ਜੀ ਦੇਖ ਲੈ ਜਲਾ ਜੀ ਤੇਰਾ ਨਿਸ਼ਾਨਾ ਕੱਚਾ ਹੈ ਮੇਰਾ ਨਿਸ਼ਾਨਾ ਬੜਾ ਪੱਕਾ ਹੈ ਚਲੋ ਦੇਖ ਲਵਾਂਗੇ ਚਲਾ ਕੇ ਦੇਖ ਲਈ ਚੱਲ ਗਿਆ ਤਾਂ ਠੀਕ ਆ ਚੱਲ ਗਿਆ ਤੀਰ ਨਹੀਂ ਤੇ ਫਿਰ ਨਹੀਂ ਤਾਂ ਫਿਰ ਨਹੀਂ ਕੱਲਾ ਕਮਾਣੇ ਹੱਥ ਕੇ ਰਹਿ ਜਾਣਾ ਤੀਰ ਤਾਂ ਓਏ ਪਾਗਲਾ ਤੀਰ ਤਾਂ ਉੱਧਰ ਚੱਲ ਜਾਣਾ ਸਾਲਾ ਆ ਗੁੜ ਗੁੜ ਲੋ ਕਿਹੜੇ ਇਹ ਕਿਹੜੇ ਸ਼ਿਕਾਰ ਓ ਵਾਹ ਉਹ ਮੈਨੂੰ ਤਾਂ ਲੱਗਦਾ ਉਹ ਜੰਗਲੀ ਸੂਰ ਆ ਚੱਲ ਹਾਂ ਚੱਲ ਜੰਗਲ ਨਿਕਲ ਨਹੀਂ ਜੰਗਲ ਨਹੀਂ ਜਾਣਾ ਕਾਹਦੇ ਅੱਜ ਸ਼ਿਕਾਰ ਨੂੰ ਫੋਨ ਕਰ ਲੈ ਇੱਧਰਲੇ ਸੱਦ ਲੈ ਓ ਪਾਗਲਾ ਏਦਾਂ ਨਹੀਂ ਹੁੰਦੀ ਸ਼ਿਕਾਰ ਦੀ ਖੋਜ ਵਿੱਚ ਜਾਣਾ ਪੈਂਦਾ ਜੰਗਲ ਦੇ ਵਿੱਚ ਸ਼ਿਕਾਰ ਲੱਭਣਾ ਪੈਂਦਾ ਹੈ ਬਸ ਤੂੰ ਸ਼ਿਕਾਰ ਠਾਲ ਦੇ ਤੀਰ ਮੈਂ ਆਪੇ ਮਾਰ ਦੇ ਨਹੀਂ ਠਾਲਣਾ ਸਾਲੇ ਨੇ ਜ਼ਰੂਰੀ ਸੁੱਤੇ ਪਏ ਦੇ ਮਾਰਦੇ ਉਹ ਪਾਗਲਾ ਮੇਰਾ ਜ਼ੋਰ ਜ਼ਰੂਰੀ ਲਵਾਉਣਾ ਸੁੱਤੇ ਪਏ ਸ਼ਿਕਾਰ ਨਹੀਂ ਮਾਰਦਾ ਹੁੰਦਾ ਠੀਕ ਹੈ ਠਾਲ ਕੇ ਮਾਰਨਾ ਆਪਣਾ ਕੰਮ ਹੈ ਸ਼ਿਕਾਰ ਖੇਡਣਾ ਤੇ ਸੁੱਤੇ ਪਏ ਨੂੰ ਕਿਸੇ ਨੂੰ ਮਾਰਨਾ ਇਹ ਨਿਯਮ ਤੋਂ ਖਿਲਾਫ ਹੈ ਠੀਕ ਹੈ ਚੱਲ ਫਿਰ ਨਹੀਂ ਤੂੰ ਮੋਰੇ ਹੋ ਜਾ ਮੋਰੇ ਵੀ ਨਹੀਂ ਹੋਊਗਾ ਉਹ ਸ਼ਿਕਾਰ ਤੇ ਤੇ ਛੱਡਣਾ ਮੋਰੇ ਵੀ ਤੈਨੂੰ ਹੋਣਾ ਮੈਨ ਨਹੀਂ ਜਦ ਮੈਂ ਸਾਰਾ ਥਾਲਣਾ ਮਾਰ ਵੀ ਲਊ ਤੂੰ ਪਿੱਛੇ ਕੀ ਤੂੰ ਕੀ ਕਹਿੰਦਾ ਉਹ ਮੈਂ ਨਿਸ਼ਾਨਾ ਖਿੱਚ ਕੇ ਰੱਖੂਗਾ ਮੈਂ ਉੱਥੇ ਛੇੜ ਹੋਇਆ ਮੈਨੂੰ ਮੋਰੇ ਮਾਰ ਦੋ ਤੂੰ ਥਾਲਣ ਰੋਣ ਕੇ ਉਹ ਯਾਰ ਤੂੰ ਕਬਰ ਨਾ ਕਰ ਜਦ ਤੱਕ ਮੈਂ ਤੇਰੇ ਨਾਲ ਤੇਰਾ ਬਾਲ ਨਹੀਂ ਮਿਲਦਾ ਹੁਣ ਲੈ ਬਾ ਉਹਨੇ ਬਾਲ ਮਿਲਦੇ ਹੁਣੇ ਹੀ ਨੇ ਬਾਕੀ ਖਾਣੇ ਪੀਸ ਪੀਸ ਯਾਰ ਅਗਲਾ ਮੇਰੀ ਗੱਲ ਬਾਲ ਤਾਂ ਸਾਰਾ ਖੋਪੜ ਜਿਹਾ ਉੱਦਾਂ ਹੀ ਪਿਆ ਹੋਣਾ ਗੱਲ ਸੁਣ ਮੇਰੀ ਹੈ ਬਸ ਤੂੰ ਮੋਰੇ ਜਾ ਕੇ ਸ਼ਿਕਾਰ ਥਾਲਣਾ ਮੈਂ ਨਿਸ਼ਾਨਾ ਹੈ ਬੈਲੀ ਕੇ ਰੱਖਣਾ ਅੱਛਾ ਜਦ ਮੈਂ ਸ਼ਿਕਾਰ ਕੋਲ ਜਾਣਾ ਤਾਂ ਉੱਥੋਂ ਤੈਨੂੰ ਮਾਨ ਹੈ ਉਹ ਨਹੀਂ ਤੇ ਆਵਾਜ਼ਾਂ ਇਤਨੀ ਕੱਢਣੀਆਂ ਕਿਉਂਕਿ ਤੈਨੂੰ ਜੰਗਲੀ ਜੀਵਾਂ ਦੀਆਂ ਆਵਾਜ਼ਾਂ ਦਾ ਪਤਾ ਹੈ ਆਹੋ ਮੇਰਾ ਕੋੜਾ ਹਾਥੀ ਬਣ ਸਕਾ ਇੱਦਾਂ ਦੀਆਂ ਗੱਲਾਂ ਕਰਦੇ ਯਾਰ ਤੂੰ ਵੀ ਹੁਣ ਮੈਂ ਕੀ ਕਰਾਂ ਜੰਗਲੀ ਫਿਰ ਕਿਹੜੀ ਜੰਗਲ ਨੂੰ ਜੰਗਲੀ ਜੀਵਾਂ ਦੀਆਂ ਆਵਾਜ਼ਾਂ ਲੈਦਾ ਅਸੀਂ ਕਿਸਾਨੀਆਂ ਦੇ ਪੋਤੇ ਆ ਉਹ ਪਾਗਲਾ ਤੁਸੀਂ ਜੰਗਲੀ ਜੀਵਾਂ ਇੱਧਰ ਜੰਗਲ 'ਚ ਘੁੰਮਦੇ ਰਹਿਣਾ ਨਾ ਚਲੋ ਦੇਖ ਲੈ ਹਾਂ ਖਾਲ ਕੇ ਚਕਾ ਦੇ ਹੁਣ ਲੱਕੜਾਂ ਲੱਕੜਾਂ ਤੂੰ ਹੀ ਵੱਢ ਕੇ ਜਾਣਾ ਸਾਰੀਆਂ ਆਜੋ 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 ਲੱਗਦਾ ਸ਼ਿਕਾਰ ਆ ਗਿਆ ਮੋਰ ਆ ਮੋਰ ਇਹ ਮੋਰ ਓਏ ਇਹ ਦਵਾਈ ਆ ਕੇ ਦੇ ਕੀ ਹੋਇਆ ਆਂਡਾ ਦੇਣਾ ਉਹ ਦਵਾਈ ਨਹੀਂ ਜੋ ਲੋੜ ਨਹੀਂ ਹੁੰਦੀ ਆਂਡੇ ਲਈ ਹਾਂ ਆਂਡਾ ਨੇ ਆਪੇ ਦੇ ਲੱਗਦਾ ਸ਼ਿਕਾਰ ਆ
ਉਹ ਪਾਗਲਾ ਠੀਕ ਮੈਂ ਆਪਣਾ ਤੀਰ ਕਾ ਤੇ ਖਰਾਬ ਕਰ ਮਾਰ ਮੈਨੂੰ ਹੁਣ ਇਸ ਮੈਦਾਨ ਤੋਂ ਕੱਲੇ ਨਹੀਂ ਛੱਡ ਗਈ ਜਾਣਾ ਚਲ ਠੀਕ ਹੈ।